ਨਾਲ ਬੜੇ ਇੰਪੋਰਟੈਂਟ ਇਸ਼ੂ ਤੇ ਗੱਲ ਕਰਨੀ ਮੈਂ ਕਹਿੰਦਾ ਥੋੜੇ ਜੇ ਕੁਝ ਲੋਕ ਜੇ ਜੁੜ ਜਾਣ ਤਾਂ ਉਹਦੇ ਨਾਲ ਫਿਰ ਆਪਣੇ ਵਿਚਾਰ ਥੋੜੇ ਜੇ ਹੋਰ ਵਾਈਡਰ ਰੀਚ ਵਿੱਚ ਪਹੁੰਚ ਜਾਣਗੇ ਜੀ ਜੋ ਪੰਜਾਬ 'ਚ ਰਾਜ ਸਭਾ ਦੇ ਮੈਂਬਰਸ ਨੂੰ ਬਣਾਉਣ ਜਾ ਰਹੀ ਆਮ ਆਦਮੀ ਪਾਰਟੀ ਉਹਦੇ ਵਿਸ਼ੇ 'ਤੇ ਤੁਹਾਡੇ ਨਾਲ ਅੱਜ ਮੈਂ ਗੱਲ ਕਰਨਾ ਚਾਹੁੰਦਾ ਇੱਕ ਵਾਰ ਸਾਰੇ ਆ ਜਾਣ ਹੋਰ ਇੱਕ ਅੱਧਾ ਮਿੰਟ ਦੈਨ ਵੀਲ ਸਟਾਰਟ ਟਾਕਿੰਗ ਹਾਊ ਮੈਨੀ ਹੈਜ਼ਨਟ ਸਟਾਰਟਡ ਸਟਿਲ ਕਰਦੇ ਦੋਸਤੋ ਇਸ ਤਰ੍ਹਾਂ ਵਾ ਕਿ ਤੁਸੀਂ ਸਭ ਨੇ ਤਕਰੀਬਨ ਸੁਣ ਲਿਆ ਹੋਵੇਗਾ ਕਿ ਪੰਜ ਰਾਜ ਸਭਾ ਦੇ ਮੈਂਬਰਸ ਪਹਿਲੀ ਕਿਸ਼ਤ ਵਿੱਚ ਪੰਜਾਬ 'ਚੋਂ ਚੁਣੇ ਜਾਣੇ ਆ ਚੁਣਨਾ ਕਿਹਨਾਂ ਨੇ ਹੈ ਪੰਜਾਬ ਦੇ 117 MLAs ਨੇ ਭਾਵ ਕਿ 3.25 crore ਜਿਹੜੀ ਪੰਜਾਬ ਦੀ ਆਬਾਦੀ ਹੈ ਇਸ ਨੂੰ ਰਿਪ੍ਰੈਜ਼ੈਂਟ ਕਰਨ ਵਾਸਤੇ ਸਾਡੇ ਨੁਮਾਇੰਦੇ ਅੱਪਾ ਹਾਊਸ ਜਿਹੜਾ ਹੈ ਲੋਕ ਸਭਾ ਤੋਂ ਉਤਲਾ ਹਾਊਸ ਹੈ ਰਾਜ ਸਭਾ ਉੱਥੇ ਪਹੁੰਚਣੇ ਨੇ ਅਤੇ ਅੱਜ ਸੋਸ਼ਲ ਮੀਡੀਆ 'ਤੇ ਬਹੁਤ ਚਰਚਾਵਾਂ ਨੇ ਤਕਰੀਬਨ ਤੈਅ ਹੀ ਆ ਆਈ ਹੋਪ ਕਿ ਉਹ ਨਿਊਜ਼ ਗਲਤ ਹੋਵੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਬਣਾਉਣ ਜਾ ਰਹੀ ਹੈ ਸ਼ਾਇਦ 3 ਜਾਂ 4 ਗੈਰ ਪੰਜਾਬੀ ਕੋਈ ਰਾਘਵ ਚੱਡਾ ਹੈ ਇੱਕ ਕੋਈ ਸੰਦੀਪ ਪਾਠਕ ਹੈ ਇੱਕ ਤਾਂ ਕੋਈ ਹੋਰ ਨਾਮ ਸੀ ਮੈਨੂੰ ਨਾਮ ਵੀ ਨਹੀਂ ਉਹਦਾ ਪੜ੍ਹ ਕੇ ਸਮਝ ਆ ਰਹੀ ਸੀਗੀ ਜੋ ਮੈਨੂੰ ਪਤਾ ਲੱਗਿਆ ਵਾ ਐਂਡ ਅਗੇਨ ਆਈ ਐਮ ਸੇਇੰਗ ਕਿ ਹਲੇ ਦਿਸ ਇਜ਼ ਆਲ ਸਪੈਕੂਲੇਸ਼ਨ ਜੋ ਮੈਨੂੰ ਪਤਾ ਲੱਗਾ ਕਿ ਸਿਰਫ ਪੰਜਾਬ ਦੇ ਵਿੱਚੋਂ ਪੰਜਾਂ 'ਚੋਂ ਇੱਕ ਹਰਭਜਨ ਸਿੰਘ ਜਿਹੜਾ ਕ੍ਰਿਕਟਰ ਹੈ ਸਾਡਾ ਉਸ ਨੂੰ ਬਣਾਉਣ ਜਾ ਰਿਹਾ ਹਰਭਜਨ ਸਿੰਘ ਨੇ ਦੁਨੀਆ ਭਰ ਦੇ ਵਿੱਚ ਪੰਜਾਬ ਦਾ ਦੇਸ਼ ਦਾ ਅਤੇ ਸਿੱਖਾਂ ਦਾ ਨਾਮ ਬਹੁਤ ਉੱਚਾ ਚੱਕਿਆ ਉਸ ਦੀ ਨੋਮੀਨੇਸ਼ਨ ਦਾ ਉਸ ਨੂੰ ਰਾਜ ਸਭਾ ਬਣਾਏ ਜਾਣ ਦਾ ਮੈਂ ਔਰ ਸਾਡੇ ਜਿੰਨੇ ਕੁਲੀਗਸ ਨੇ ਕਾਂਗਰਸ ਪਾਰਟੀ ਦੇ ਅਸੀਂ ਸਵਾਗਤ ਕਰਾਂਗੇ ਕਿਉਂਕਿ ਅੱਜ ਲਾਸਟ ਡੇਟ ਹੈ ਨੋਮੀਨੇਸ਼ਨ ਫਾਈਲ ਕਰਨ ਦਾ ਜਿਹੜੇ ਦੂਜੇ ਬਣਾਏ ਜਾ ਰਹੇ ਨੇ ਦਿਸ ਇਜ਼ ਵੈਰੀ ਅਨਫੋਰਚੁਨੇਟ ਮਤਲਬ ਕਿ ਇਹ ਸਾਡਾ ਜਿਹੜਾ ਪੰਜਾਬ ਹੈ ਗੁਰੂਆਂ ਪੀਰਾਂ ਪੈਗੰਬਰਾਂ ਦੀ ਖੂਨ ਨਾਲ ਸਿੰਜੀ ਹੋਈ ਧਰਤੀ ਹੈ ਇਹ ਕੋਈ ਨੋਰਮਲ ਰੂਟੀਨ ਸੂਬਾ ਨਹੀਂ ਗਾ ਇਸ ਕਰਕੇ ਇਸ ਸੂਬੇ 'ਚ ਲੋਕਾਂ ਦੇ ਜਜ਼ਬਾਤਾਂ ਨਾਲ ਕਿਸੇ ਤਰ੍ਹਾਂ ਵੀ ਖੇਡਣਾ ਇਹ ਬਹੁਤ ਮਹਿੰਗਾ ਪਵੇਗਾ ਜਿਹੜਾ ਵੀ ਬੰਦਾ ਖੇਡਦਾ ਉਸ ਨਾਲ ਇਹ ਕੋਈ ਇੱਕ ਵਿਅਕਤੀ ਵਿਸ਼ੇਸ਼ ਇੱਕ ਪਾਰਟੀ ਵਿਸ਼ੇਸ਼ ਦੀ ਨਹੀਂ ਗੱਲ ਕਰਦਾ ਤੁਸੀਂ ਨਿਗਾਹ ਮਾਰ ਲਓ ਆਪਣੇ ਪੰਜਾਬ ਦੇ ਇਤਿਹਾਸ ਪਿੱਛੇ ਸੈਂਕੜੇ ਸਾਲ ਚੱਲ ਜਾਓ ਜਿਸ ਕਿਸੇ ਨੇ ਵੀ ਪੰਜਾਬ ਦੇ ਨਾਲ ਕੋਈ ਗਦਾਰੀ ਕੀਤੀ ਆ ਜਜ਼ਬਾਤ ਉਹਨਾਂ ਦੇ ਨੂੰ ਠੇਸ ਪਹੁੰਚਾਈ ਆ ਲੋਕਾਂ ਨੇ ਬਖਸ਼ਿਆ ਨਹੀਂ ਗਾ ਕਦੀ ਵੀ ਟਾਈਮ ਤਾਂ ਲੱਗ ਸਕਦਾ ਜ਼ਰੂਰ ਥੋੜ੍ਹਾ ਜਿਹਾ ਪਰ ਕਿਸੇ ਨੂੰ ਇਹ ਕੀ ਕਹਿੰਦੇ ਹੁੰਦੇ ਕਿ ਉਹਦੇ ਗੁਨਾਹ ਦੀ ਸਜ਼ਾ ਹਮੇਸ਼ਾ ਦਿੱਤੀ ਹੈ ਇਸ ਲਈ ਆਮ ਆਦਮੀ ਪਾਰਟੀ ਦਾ ਇਹ ਕਦਮ ਜਿਹੜਾ ਇਹ ਸਭ ਤੋਂ ਪਹਿਲਾਂ ਭਾਰੀ ਵਿਤਕਰਾ ਪੰਜਾਬ ਦੇ ਲੋਕਾਂ ਦੇ ਨਾਲ ਸਭ ਤੋਂ ਪਹਿਲਾਂ ਬਹੁਤ ਇਟਸ ਵੈਰੀ ਡਿਸਕ੍ਰਿਮੀਨੇਟਰੀ ਕਿ ਉਹ ਪੰਜਾਬ ਦੇ 3.25 crore ਆਬਾਦੀ 'ਚੋਂ ਪੰਜਾਬ ਦੇ ਵਿੱਚ ਕੋਈ ਆਦਮੀ ਨਹੀਂ ਗਾ ਜਿਹੜਾ ਰਾਜ ਸਭਾ 'ਚ ਰਿਪ੍ਰੈਜੈਂਟ ਕਰ ਸਕਦਾ ਕੋਈ ਇੰਨੇ ਬੁੱਧੀਜੀਵੀ ਨੇ ਸਾਡੇ ਕੋਲ ਪੰਜਾਬ ਦੇ ਪੜ੍ਹੇ ਲਿਖੇ ਜਿਨ੍ਹਾਂ ਨੇ ਸਾਰੀ ਦੁਨੀਆ ਵਿੱਚ ਨਾਮ ਬਣਾਇਆ ਸਾਇੰਟਿਸਟ ਡਾਕਟਰਸ ਇੰਜੀਨੀਅਰਸ ਔਰ ਫੌਜੀ ਡੈਕੋਰੇਟਡ ਆਫਿਸਰਸ ਕਿਸੇ ਨੂੰ ਚੁਣ ਲੈਣ ਅਸੀਂ ਨਹੀਂ ਕਹਿੰਦੇ ਸਾਡੇ ਕਹਿਣ ਦੇ ਉੱਤੇ ਕੋਈ ਮੈਂਬਰ ਬਣਾਇਆ ਜਾਵੇ ਰਾਜ ਸਭਾ ਦਾ ਕਿਸੇ ਨੂੰ ਬਣਾ ਦਿਓ ਬਟ ਘੱਟੋ ਘੱਟ ਉਹ ਹੋਣਾ ਚਾਹੀਦਾ ਜਿਹੜਾ ਉੱਥੇ ਰਾਜ ਸਭਾ ਵਿੱਚ ਖੜ੍ਹ ਕੇ ਪੰਜਾਬ ਦੇ ਮੁੱਦਿਆਂ 'ਤੇ ਪਹਿਰਾ ਦੇਵੇ ਇੱਥੇ ਦਿਲ 'ਤੇ ਹੱਥ ਰੱਖ ਕੇ ਕਹੇ ਕਿ ਮੈਂ ਪੰਜਾਬ ਦੇ ਖਿਲਾਫ ਆ ਫਲਾਨੀ ਗੱਲ ਨਹੀਂ ਹੋਣ ਦਿਆਂਗੇ ਅਸੀਂ ਇਹਦਾ ਵਿਰੋਧ ਕਰਾਂਗੇ ਚਾਹੇ ਉਹ ਪਾਣੀ ਆ ਚਾਹੇ ਸਾਡੀ ਭਾਸ਼ਾ ਵਾ ਚਾਹੇ ਸਾਡੇ ਪੱਖ ਦੇ ਜਿਹੜੇ ਮਸਲੇ ਨੇ ਜਿਹੜੇ ਹਰਿਆਣੇ ਨਾਲ ਝਗੜੇ ਨੇ ਦਿੱਲੀ ਨਾਲ ਝਗੜੇ ਨੇ ਰਾਜਸਥਾਨ ਨਾਲ ਝਗੜੇ ਨੇ ਦਰਿਆਈ ਪਾਣੀ ਪੰਜਾਬੀ ਬੋਲਦੇ ਇਲਾਕੇ ਚੰਡੀਗੜ੍ਹ BBMB ਦਾ ਕੰਟਰੋਲ ਕਿੰਨੇ ਇਸ਼ੂਜ਼ ਨੇ ਜਿਹੜੇ ਹੁਣ ਕਰੰਟੀ ਮੈਂ ਤੁਹਾਨੂੰ ਦੱਸ ਰਿਹਾ ਵਾਂ ਇਸ ਤੋਂ ਇਲਾਵਾ ਜਿਹੜਾ ਸਾਡਾ BSF ਨੇ ਦਾਇਰਾ ਵਧਾਇਆ ਕੀ ਪਾਠਕ ਜਾਂ ਚੱਡਾ ਉੱਥੇ ਕਹਿਣਗੇ ਕਿ ਜਿਹੜਾ ਦਰਿਆਵਾਂ ਦਾ ਪਾਣੀ ਆ ਦਿੱਲੀ ਤੋਂ ਖੋਹ ਕੇ ਵਾਪਸ ਪੰਜਾਬ ਨੂੰ ਦਿੱਤਾ ਜਾਵੇ ਕਹਿਣਗੇ ਉਹ ਜਾਂ ਉਹ ਕਹਿਣਗੇ ਕਿ ਚੰਡੀਗੜ੍ਹ ਦੀ ਜਿਹੜੀ ਰਾਜਧਾਨੀ ਆ ਉਹ ਇਕੱਲੇ ਪੰਜਾਬ ਲਈ ਬਣੀ ਆ ਪੰਜਾਬ ਨੂੰ ਦਿੱਤੀ ਜਾਵੇ ਪੰਜਾਬੀ ਬੋਲਦੇ ਇਲਾਕੇ ਕੀ ਉਹ ਮੁਦਈ ਬਣਨਗੇ ਕਿ ਇਹਨਾਂ ਨੂੰ ਵਾਪਸ ਪੰਜਾਬ 'ਚ ਇਨਕਲੂਡ ਕੀਤਾ ਜਾਵੇ ਕਦੀ ਵੀ ਨਹੀਂ ਕਹਿ ਸਕਣਗੇ ਕਿਉਂਕਿ ਉਹਨਾਂ ਦੇ ਦਿਲ ਵਿੱਚ ਪੰਜਾਬ ਦੇ ਵਾਸਤੇ ਦੁੱਖ ਦਰਦ ਹੀ ਨੀਗਾ ਠੀਕ ਆ ਸਟ੍ਰੈਟੇਜਿਸਟ ਹੋਣਾ ਇੱਕ ਗੱਲ ਹੋਰ ਆ ਪਰ ਉਹ ਸਟ੍ਰੈਟੇਜਿਸਟ ਦਾ ਇਹ ਮਤਲਬ ਨੀਗਾ ਕਿ ਤੁਸੀਂ ਉਹਨਾਂ ਨੂੰ ਪੰਜਾਬ 'ਚੋਂ ਰਿਪ੍ਰੈਜੈਂਟ ਕਰਾਓ ਸਾਡੇ ਵੱਲੋਂ ਦਿੱਲੀ ਤੁਹਾਡੇ ਕੋਲ ਪਤਾ ਨਹੀਂ 67 'ਚੋਂ ਕਿੰਨੇ ਮੈਂਬਰ 67 ਹੈ ਕਿ ਕਿੰਨੇ ਆ ਤੁਸੀਂ ਦਿੱਲੀਓਂ ਪੜਾਓ ਉਹਨਾਂ ਨੂੰ ਸਾਨੂੰ ਕੋਈ ਇਤਰਾਜ਼ ਨੀਗਾ ਅਸੀਂ ਕਿਸੇ ਰਾਜ ਸਭਾ ਬਣਨ ਦੇ ਵਿੱਚ ਦੇ ਖਿਲਾਫ ਨਹੀਂ ਗੇ ਬਟ ਕਿਸੇ ਨੂੰ ਪੰਜਾਬ ਦੇ ਲੋਕਾਂ ਦੇ ਸਿਰਾਂ ਨੂੰ ਰੌਂਦ ਕੇ ਉਹਨਾਂ ਦੇ ਜਜ਼ਬਾਤਾਂ 'ਤੇ ਉਹਨਾਂ ਨੂੰ ਉਹਨਾਂ ਦੇ ਪੈਰ ਰੱਖ ਕੇ ਕਿਸੇ ਹੋਰ ਨੂੰ ਲਿਆ ਕੇ ਸਾਡੇ ਸਿਰ 'ਤੇ ਚੱਕ ਕੇ ਬਿਠਾ ਦੇਣਾ ਦਿੱਲੀ ਦਿਸ ਇਜ਼ ਐਬਸੋਲੂਟਲੀ ਨੋਟ ਟੋਲਰੇਬਲ ਔਰ ਮੇਰੀ ਆਪਣੇ 92 ਜਿਹੜੇ ਕੁਲੀਗਸ ਨੇ ਆਮ ਆਦਮੀ ਪਾਰਟੀ ਦੇ ਔਰ ਸਰਦਾਰ ਭਗਵੰਤ ਸਿੰਘ ਮਾਨ ਸਮੇਤ ਸਭ ਨੂੰ ਮੇਰੀ ਬੜੀ ਹੱਥ ਜੋੜ ਕੇ ਬੇਨਤੀ ਆ ਨਿਮਰਤਾ ਨਾਲ ਕਿ ਆਪਣੀ ਜ਼ਮੀਰ ਦੀ ਆਵਾਜ਼ ਸੁਣਿਓ ਔਰ ਕਹੋ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੂੰ ਸਮਝਾਓ ਅਸੀਂ ਚੀਫ ਮਿਨਿਸਟਰ ਦਾ ਨੂੰ ਇਹ ਜਾ ਕੇ ਉੱਥੇ ਕਹਿਣ ਕਿ ਪੰਜਾਬ ਦੇ ਲੋਕ ਇਹਨਾਂ ਗੱਲਾਂ ਦੇ ਬਹੁਤ ਖਿਲਾਫ ਨੇ ਤੁਸੀਂ ਪੰਜਾਬ ਵਿੱਚੋਂ ਹੀ ਸਾਨੂੰ ਨੋਮੀਨੇਟ ਕਰ ਲੈਂਦੇ ਹੋ
पांच आदमी सिर कट किसी स्फेयर चो चक लो किसी वर्ग के लोकी तुम चक लो असी तुहाडे सारे कांग्रेस के अठारह के अठारह से समर्थन करांगे पर किसी पाठक चड्डा दिल्लियों लिया के ये असी नहीं टॉलरेट सो तुसी बना तो लोगे क्योंकि तुहाडे को मेजोरिटी है पर एक गल याद रखो लोग तुहानू कदी माफ नहीं करनगे ये तुहाडा बिगल वजना शुरू हो जाएगा अंत का हुण तो ही पहले पंजवें सतवें दसवें दिन तो ही और भगवंत हुणां नूं मैं कहना चाहुंदा कि देखो तुहाडा इम्तिहान है यही मेरा होर लड़ाई किसी केजरीवाल नाल मैं कहिंदा कोई वट वंडनी सी जां कोई प्रॉपर्टी वंडनी सी जां जमीन सांझी सी साडी ओह हमेशा मैनूं दबदे सीगे हमेशा मैनूं ओह दिल्ली की लाइन टो करन वास्ते कहिंदे सीगे ओह मैं नहीं सी कदी करदा मैनूं एक याद है जदों 2020 रेफरेंडम का SFJ का इशू उठा सीगा मैं तो सिर्फ इन्ना कहा सीगा कि इस देश की सरकार नूं सोचना चाहिए वा कि सिख जिहड़े ने ओह रेफरेंडम क्यों मंग रहे ने भावें इन्ने ही मंगदे होण इन्ने क्यों मंगदे ने बस उस गल का वाव रोला बनाया मीडिया ने कि जी खेरे ने इस 2020 रेफरेंडम का समर्थन करता मैं सिर्फ समर्थन नहीं किया मैं सिर्फ उस मुद्दे सेंटर स्टेज पर लाना चाहता सीगा जिहड़े साडे बर्निंग इशूज जिहड़े मैं जिक्र किया पाणियां दे भाषा दे ते वितकरे दे ते मैनूं दिल्लियों टैलीफोन आया मनीष सिसोदिया का कि आप भाई साहब ये क्या कर रहे हो मैं क्या क्या कर रहा हूँ ये आप कैसे 2020 पे ऊपर बयान देते मैं आपने मेरा बयान सुना है पूरा कहते पूरा तो नहीं सुना लेकिन हमारे एंटी जा रहा है यहाँ पर लोग नाराज हो जाएंगे मैं कहा आप अपना चिंता करो तो पंजाब की कौन चिंता करेगा एन इसे तरीके नाल मैं उन्हें जवाब दिता ठोक के तो बड़े सोहने चुप करके पर उन्होंने दिल च रख ली गल कि इन्हों बहुत देर चलन नहीं देना इस करके भगवंत को मेरी बेनती है कि देखो तुहाडा हुण इम्तिहान है यह जे तो तुसीं यू पुट योर फुट डाउन वंस पांच साल तुहाडे सुखाले लंघणगे तो जे तुसीं आज उन्होंने कंसीड करती जगह फिर तुहाडे कोल सारे फैसले वो प्रेशराइज करके अपना उपरों दबाव पा के तुहाडे को ये फैसले करवाउण की कोशिश करनगे पर मैनूं पूरा आस है अपने सारे भैणां भरावां ते 92 MLAs ते कि तुसीं ये गलती नहीं करोगे और केजरीवाल नूं मनाओगे भावें प्यार ना मना लो भावें मिन्नत ना मना लो तो भावें प्रेशर ना मना लो कि तुसीं पंजाब दे लोकां दे जज्बातां नूं ना उन्हां नाल खेडो ना तो सानूं पंजाब चों पंज व्यक्ति कोई चंगे मैं नाम नहीं सोचे मतलब किन्ने एमिनेंट पंजाबी ने कोई कसर है यार दसो मैं एक वीडियो देख रहा सीगा सोशल मीडिया तो तुसीं भी देख लो भगवंत मान जो लोग सभा के रिजल्ट आए तो असीं बीबी खालड़ा बीबी परमजीत कौर खालड़ा नूं खड़ा किया से उत्थों खडूर साहब तो हार गए थे लेकिन 2.5-3 लाख वोट पै गई सी तो भगवंत मान ने उत्ते रिएक्ट विच कहा कि इन्हां इहो जिहे व्यक्तियां नूं लोग सभा नहीं लड़ाउणे चाहीदे इन्हां नूं राज्य सभा च भेजना चाहिए तो बीबी तो हले भी जीती जागती है तुसीं बीबी परमजीत खालड़ा नूं कर दिओ नॉमीनेट शी इज़ अ सिंबल ऑफ पुलिस अट्रोसिटीज़ माइंड यू वायलेशन ऑफ ग्रेव वायलेशन ऑफ ह्यूमन राइट्स ऑन द अर्थ ऑन द प्लैनेट जिहदे पति नूं झूठे पुलिस मुकाबले च मार दिता गया उन्हूं बना दिओ तुसीं असीं सारे 18 दे 18 मैं अपने कोलीग्स नूं मोटीवेट करूंगा कि सर्वसम्मति नाल पाइए वोटां ही ना पाइए आपां सो इसलिए मेरे वीरो भैणो भराओ तुसीं दुनिया च बैठे सारे पंजाबी सोशल मीडिया राहीं दब के प्रैशर पाओ कि ये गैर पंजाबियों नूं पंजाब की धरती चों राज्य सभा मैंबर बना के ना भेजा जाए।